ਦੋਸਤੋ ਆਪਣਾ ਪਰਿਵਾਰ ਬੱਚੇ ਛੱਡ ਕੇ ਇਹ ਵੀਰ ਵਿਦੇਸ਼ ਜਾ ਰਿਹਾ ਅਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਕਮਾਈਆਂ ਕਰਨੀਆਂ ਕਿਹੜਾ ਸੌਖੀਆਂ ਨੇ। ਬੱਠਲ ਜਿੱਡਾ ਜਿਗਰਾ ਚਾਹੀਦਾ ਆਪਣੇ ਪਰਿਵਾਰ ਨੂੰ ਛੱਡਣ ਦੇ ਲਈ। ਉੱਥੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਏਅਰਪੋਰਟ ਦੇ ਉੱਪਰ ਆਖਰੀ ਪਲ ਹਨ ਵੀਰ ਦੇ ਅਤੇ ਆਪਣੇ ਘਰਵਾਲੀ ਨੂੰ ਕਿਸ ਤਰੀਕੇ ਦੇ ਨਾਲ ਉਹ ਆਖਰੀ ਪਲ ਵੀ ਬਿਤਾ ਰਿਹਾ ਅਤੇ ਉੱਥੇ ਦੋਸਤੋ ਉਸਦੇ ਬੱਚਿਆਂ ਦੇ ਲਈ ਇਹ ਬਹੁਤ ਹੀ ਔਖਾ ਵਕਤ ਹੁੰਦਾ ਕਿਉਂਕਿ ਬਾਪ ਦਾ ਪਿਆਰ ਉਹਨਾਂ ਨੂੰ ਨਹੀਂ ਮਿਲੇਗਾ। ਅਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਹੀ ਭਾਵੁਕ ਦੇਣ ਵਾਲੀ ਵੀਡੀਓ ਜੋ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਇਸ ਵੀਡੀਓ ਨੂੰ ਕਾਫ਼ੀ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ। ਅਤੇ ਉੱਥੇ ਦੋਸਤੋ ਤੁਸੀਂ ਇਸ ਪ੍ਰਤੀ ਕੀ ਵਿਚਾਰ ਰੱਖਦੇ ਹੋ ਕਿ ਜੋ ਲੋਕ ਵਿਦੇਸ਼ਾਂ ਦੇ ਵੱਲ ਜਾ ਰਹੇ ਹਨ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਘਾਟ ਕਾਰਨ ਜਾਂ ਫਿਰ ਮਜਬੂਰੀ ਬਖਸ਼ ਜਾਂ ਫਿਰ ਰਿਸੋਰਸ ਜਾ ਰਹੇ ਹਨ, ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਿਦੇਸ਼ਾਂ ਨੂੰ ਜਾਣਾ ਚਾਹੀਦਾ ਜਾਂ ਫਿਰ ਪੰਜਾਬ ਦੇ ਵਿੱਚ ਹੀ ਰਹਿ ਕੇ ਕੁਝ ਕਰਨਾ ਚਾਹੀਦਾ। ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ ਜ਼ਰੂਰੀ। ਹੋਰ ਵੀਡੀਓ ਦੇਖਣ ਲਈ ਦਿਓ ਇਜਾਜ਼ਤ। ਰੱਬ ਰਾਖਾ।